ਅੱਛਾ ਜੀ, ਆਸੀਆ ਨੂੰ ਬਾਲਣ ਲੱਭ ਹੀ ਲਿਆ ਇੱਥੋਂ। ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਇਆ ਸਪੈਸ਼ਲ। ਮੈਂ ਗਰਮੀ ਬਹੁਤ ਜ਼ਿਆਦਾ, ਹੁਮੈਰਾ ਦਾ ਫੋਨ ਆਇਆ, ਉੱਧਰ ਹਨੇਰੀ ਚੱਲਣ ਡਈ, ਤਾਂ ਮੈਨੂੰ ਲੱਗਦਾ ਆਪਣੇ ਕੋਲ ਵੀ ਆ ਜਾਣੀ ਜਲਦੀ। ਲੋ ਪੱਕੜੋ ਪਾਣੀ, ਮੈਂ ਖੁਆੜੀ ਲੈ ਕੇ ਆਇਆ। ਬਾਲਣ ਟੁੱਕ ਲਈਏ, ਟੁੱਕਣੇ ਸ਼ੁਰੂ ਹੋ ਜਾਓ ਤੇ ਮੈਂ ਵੀ ਭੰਨ ਲਈਆਂ ਤੁਹਾਡੇ ਨਾਲ ਤੇ ਟੁੱਕ ਲਈਏ। ਅੱਜ ਮੌਸਮ ਖਰਾਬ ਹੋਇਆ ਤੇ ਸਾਡੇ ਕੋਲ ਵੀ ਨਾ ਮੈਨੂੰ ਲੱਗਦਾ ਹਨੇਰੀ ਅਨਕਰੀ ਆ ਜਾਣੀ। ਬਾਲਣ ਵੀ ਨਹੀਂ ਹੈ ਤੇ ਰੋਜ਼ਾਨਾ ਸਿਲੰਡਰ ਵੀ ਨਹੀਂ ਭਰਾਇਆ ਜਾਂਦਾ, ਤਾਂ ਕਿ ਬੱਚਿਆਂ ਦੇ ਵੀ ਇੰਨੇ ਅਖਰਾਜਾਤ ਆ ਤੇ ਹੱਥ ਵੀ ਥੋੜ੍ਹਾ ਜਿਹਾ ਖੁਸ਼ ਹੈ, ਚਲੋ ਟੁੱਕ ਲੈਂਦੇ ਹਾਂ ਤੇ ਲੈ ਜਾਂਦੇ ਹਾਂ। ਅੱਛਾ ਜੀ, ਆਹ ਖੁਆੜੀ ਤੋਂ ਬਗੈਰ ਅਸੀਂ ਟੁੱਕਿਆ, ਤੇ ਆਪਾਂ ਖੁਆੜੀ ਲਿਆਂਦੀ ਆਪਾਂ ਇਹਨਾਂ ਕੋਲ। ਉਹ ਟਿੱਬੇ ਦੇ ਉੱਪਰ ਚੜ੍ਹ ਕੇ ਲਾਇਆ ਮੈਂ। ਅੱਛਾ ਜੀ, ਹਾਂਜੀ ਮੰਨਦੇ ਆ ਮੈਂ ਜੱਟਣ ਦੀ ਆ। ਉਹ ਤਾਂ ਪਹਿਲਾਂ ਹੀ ਮੰਨਦਾ, ਖੂਬੀ ਤੇ ਨਹੀਂ ਕਿਤੇ। ਨਹੀਂ ਜੀ, ਉਹ ਮੈਂ ਖਗਲਾ ਨੂੰ ਫੜ ਫੜ ਕੇ ਉੱਤਰ ਗਈ ਥੱਲੇ। ਇੱਦਾਂ ਦੇ ਪੱਤਿਆਂ ਵਿੱਚ ਸੱਪ ਵੀ ਹੁੰਦੇ ਖਿਆਲ ਨਾਲ? ਨਹੀਂ, ਅੱਲਾ ਖੈਰ ਕਰੂਗਾ, ਕੋਈ ਨਹੀਂ ਸੱਪ ਨਹੀਂ। ਉਹ ਤਾਂ ਤੇਰੀ ਗੱਲ ਸਹੀ, ਲੇਕਿਨ ਫੇਰ ਵੀ ਖਿਆਲ ਨਾਲ, ਠੀਕ ਹੈ ਨਾ? ਇਹਦੇ ਤੇ ਬਸ ਇਸ ਤਰ੍ਹਾਂ ਜਿਹੜੇ ਸਾਰੇ ਦਰਖਤ ਲਾ ਦੇਣੇ ਆ ਤੇ ਚਲੋ ਮੇਰਾ ਬਾਲਣ ਦਾ ਸਰਿਆ ਰਿਹਾ ਕਰੂਗਾ। ਆ ਜਿਹੜੀ ਖਾੜ, ਉਹ ਮੈਂ ਸਾਹਮਣੇ ਕਲਮਾਂ ਲਾਈਆਂ ਸੀ ਲੇਕਿਨ ਨਾ ਉਹ ਚਲੀਆਂ ਨਹੀਂ, ਉਦੋਂ ਗਰਮੀ ਬਹੁਤ ਜ਼ਿਆਦਾ ਸੀ ਤੇ ਉੱਥੇ ਦੁਬਾਰਾ ਲਾਉਣਾ ਹੁਣ। ਜ਼ਿਮੀਦਾਰਾਂ ਦੇ ਘਰ ਜੇ ਬਾਲਣ ਨਾ ਹੋਵੇ ਤਾਂ ਫਾਇਦਾ, ਚਲੋ ਜਿਹੜੇ ਸ਼ਹਿਰ ਵਾਲੇ ਉਹਨਾਂ ਦੀ ਤੇ ਵਿਚਾਰਿਆਂ ਦੀ ਮਜਬੂਰੀ, ਉਹਨਾਂ ਨੇ ਤੇ ਗੈਸ ਤੇ ਪਕਾਣੀ ਪਕਾਣੀ ਆ। ਜੇ ਸਾਨੂੰ ਵੀ ਸਿਲੰਡਰ ਹੀ ਭਰਾਉਣਾ ਪਵੇ, ਚਲੋ ਔਖੇ ਸੌਖੇ ਟਾਈਮ ਬੰਦਾ ਇਸਤੇਮਾਲ ਕਰ ਲੈਂਦਾ ਆ, ਕੋਈ ਵੀਡੀਓ ਬਣਾ ਲੈਂਦਾ, ਕੋਈ ਰੈਸਪੀ ਬਣਾ ਲੈਂਦਾ ਗੈਸ ਤੇ, ਤੇ ਚਲੋ ਦੁੱਧ ਕਾਢਣਾ ਹੁੰਦਾ ਆ। ਮੈਂ ਸੋਚ ਰਹੀ ਸੀ ਕੱਲ੍ਹ, ਮੈਂ ਕਿਹਾ ਦੁੱਧ ਕਾਢਣ ਵਾਸਤੇ ਬਾਲਣ ਹੀ ਨਹੀਂ ਹੈਗਾ, ਮੈਂ ਕਿਹੜੀ ਚੀਜ਼ ਨਾਲ ਕਾਢਾਂ? ਸ਼ੁਕਰ ਆ ਮੈਨੂੰ ਉਹ ਦੋ ਲੱਕੜੀਆਂ ਲੱਭ ਗਈਆਂ। ਸਹੀ, ਚਲੋ ਮੈਂ ਬਾਲਣ ਟੁੱਕਦਾ। ਤੁਸੀਂ ਦੁੱਧ ਨਹੀਂ ਕੱਢਦਾ ਹੈਗਾ, ਤੁਸੀਂ ਪਾਣੀ ਪੀ ਲਓ, ਹਾਂਡੀ ਵੀ ਬਣਾਉਣੀ ਹੁੰਦੀ ਆ। ਹਾਂ ਨਾ, ਦਿਨ ਹੈਗਾ ਆ, ਇੱਥੇ ਬੱਦਲ ਬਣੇ ਨਾ, ਹਲਕੀ ਹਲਕੀ ਹਨੇਰੀ ਆ ਰਹੀ ਤੇ। ਅੱਛਾ ਜੀ, ਆਹ ਤਿੰਨ ਥੱਬੇ ਬਾਲਣ ਦੇ ਮੈਂ ਟੁੱਕ ਲਏ ਤੇ ਆਸੀਆ ਨੇ ਜਿਹੜਾ ਆਪਣਾ ਬਾਲਣ ਦਾ ਥੱਬਾ ਬਣਾਇਆ ਸੀ ਲੈ ਗਈ ਆ ਤੇ। ਅੱਛਾ ਜੀ, ਇਹ ਛਾਪੇ ਵਗੈਰਾ ਮੈਨੂੰ ਇੱਥੇ ਲਿਆ ਕੇ ਆਸੀਆ ਦਿੰਦੀ ਰਹੀ ਤੇ ਮੈਂ ਟੁੱਕਦਾ ਰਿਹਾ। ਮੈਂ ਟਿੱਬਰ ਚੜ੍ਹ ਕੇ ਸਾਰੇ ਲਾਟ ਦਿੱਤੇ ਇਹਨਾਂ ਨੂੰ। ਹਾਂਜੀ, ਇਹਨਾਂ ਨੇ ਟੁੱਕੇ ਆ ਤੇ ਹੁਣ ਅਸੀਂ ਨਾ ਪੱਲੀ 'ਚ ਪਾ ਕੇ ਨਾ ਇਹਨੂੰ ਘਰ ਲੈ ਜਾਂਦੇ, ਨਹੀਂ ਤਾਂ ਮੇਰੇ ਨਾਲ ਤਕਰੀਬਨ ਤਿੰਨ ਫੇਰੇ ਲੱਗ ਜਾਣੇ ਸੀ। ਮੈਂ ਕਿਹਾ ਇੱਕ ਦਫ਼ਾ ਪੱਲੀ 'ਚ ਪਾ ਕੇ ਨਾ, ਚਲੋ ਕੋਈ ਨਹੀਂ ਫਿਰ ਮਗਰੀ ਲਾ ਲੈਂਦਾ, ਇੱਕ ਦਫ਼ਾ ਤੁਸੀਂ ਚੱਕ ਲਿਓ ਤਾਂ ਦੋ ਮੈਂ ਪੱਲੀ 'ਚ ਪਾ ਲੈਣਾ। ਠੀਕ ਆ, ਚਲੋ ਸਹੀ, ਜਿਹੜਾ ਮਰਜ਼ੀ ਚੱਕ ਲਓ। ਹਵਾ ਚੱਲਦੀ ਆ, ਹਨੇਰੀ ਆ ਗਈ ਮੇਰੇ ਖਿਆਲ ਆਪਣੇ ਵੀਰੇ। ਸੁਬਹਾ ਸੁਬਹਾ ਦਾ ਟਾਈਮ ਆ ਜੀ, ਸੁਬਹ ਹੋ ਗਈ ਆ, ਚਾਹ ਬਣਾ ਕੇ ਦਿੱਤੀ ਆ ਦੇਰ ਨੂੰ ਅਤੇ ਹੁਣ ਮੈਂ ਮਧਾਣੀ ਲਗਾਉਣ ਲੱਗੀ ਹਾਂ, ਵੇਚ ਕੇ ਚਾਹੀਦੀ ਹਾਂ ਅਤੇ ਮੈਂ ਹੁਣ ਮਧਾਣੀ ਆ, ਮਧਾਣੀ ਰੱਖਦੇ ਹਾਂ ਵਿੱਚ ਅਤੇ ਮੱਖਣ ਬਣਾਉਂਦੇ ਹਾਂ ਨਾਲੇ ਲੱਸੀ ਜੀ। ਮੋਜ਼ ਨਾ ਕਰੋ ਬੇਟਾ, ਮੋਜ਼ ਨਹੀਂ ਤੰਗ ਕਰੋ ਉਹਨੂੰ, ਇਹਨੂੰ ਮੋਜ਼ ਨਹੀਂ ਤੰਗ ਕਰਦਾ। ਚਾਰ ਪੰਜ ਨੀਵੀਆਂ ਨਾ ਉਰਲੀਆਂ, ਪੱਲੀਆਂ ਦੋ ਉੱਚੀਆਂ ਤਾਂ ਕਰਦਾ ਮਾਦਾ, ਪੁੱਛਦਾ ਇਹਨੂੰ ਕੀ ਹੋਇਆ। ਲਓ ਜੀ, ਉੱਚ ਗਏ ਹੋ। ਪਕੜਾ ਦੋ
ਫਰਕ ਮਹਿਸੂਸ ਹੁੰਦਾ ਬੇਟਾ? ਹੈ ਥੋੜਾ ਥੋੜਾ ਹੈਗਾ ਫਰਕ। ਚਲੋ ਖਾਓ ਤੇ ਮੈਂ ਨਾ ਲੇਪ ਕਰਕੇ ਨਾ ਉਹ ਨਾ ਖਾ ਲਵੇ ਨਾ ਕੇਕ ਅਤੇ ਇਹਨੂੰ ਮੈਂ ਦਵਾਈ ਵਗੈਰਾ ਦੇ ਕੇ ਨਾ ਇਹਦੇ ਮੈਂ ਪੱਟੀ ਕਰਕੇ ਫੇਰ ਜਾਂਦਾ ਕਮਰੇ 'ਚ ਲੇਟ ਜਾਊਂਗਾ। ਚਲੋ ਸਹੀ ਆ, ਇਹ ਲੈ ਲਓ ਬੇਟਾ, ਲੈ ਲਓ ਪਕੌੜੇ ਪਕੌੜ ਖਾ ਲਓ। ਖਾਲੋ ਬੇਟਾ, ਮੈਂ ਤੁਹਾਨੂੰ ਦਵਾਈ ਦੇ ਕੇ ਜਾਣਾ। ਅੱਛਾ ਅਸੀਂ ਕੱਪੜੇ ਧੋਣੇ। ਹਾਂਜੀ, ਆ ਕੀ ਕਰਨਾ ਮੇਰੇ ਬੇਟੇ ਨੇ ਸਟੈਂਡ? ਕੀ ਕਰਨਾ ਹੈ? ਮਸ਼ੀਨ ਬਾਹਰ ਕਰ ਲਈਏ ਬੇਟਾ, ਕੱਪੜੇ ਧੋਣੇ ਤੁਹਾਡੀ ਮੰਮਾ ਨੇ, ਠੀਕ ਹੈ ਨਾ? ਆ ਜਾਓ ਆ ਜਾਓ ਆ ਜਾਓ। ਇਹ ਟੁੱਟ ਜਾਣੀ ਹੈ ਫਿਰ, ਲੈ ਵੀ ਨਹੀਂ ਹੋਣੀ ਆਪਣੇ ਕੋਲ। ਨਹੀਂ ਤੁਸੀਂ ਅੱਗੇ ਨਹੀਂ, ਠੀਕ ਤੁਸੀਂ ਰਹਿਣ ਦਿਓ, ਚੱਲ ਸਕੂਲ ਫਿਰ, ਚੱਲ ਇੱਕ ਸਕੂਨ ਹੀ ਨਹੀਂ ਕਰਨਾ ਤੁਸੀਂ, ਚਲੋ ਸਕੂਲ, ਠੀਕ ਹੈ ਨਾ? ਬੱਲੇ ਸਦਕੇ ਜਾਵਾਂ, ਵਾਰੀ ਜਾਵਾਂ। ਰੋਕ ਲਓ ਰੋਕ ਲਓ, ਨਾ ਨਾ ਆ ਜਾਓ ਦਿੱਲੀ, ਆ ਜਾਓ ਆ ਜਾਓ ਮੇਰੇ ਬੇਟਾ, ਨਾ ਧੱਕਾ ਲਾਈ। ਬਾਕੀ ਕੱਪੜੇ ਉਤਾਰ ਲਏ ਘਰ ਤੋਂ? ਆਹ ਤੁਸੀਂ ਮਸ਼ੀਨ ਸਹੀ ਜਗ੍ਹਾ 'ਤੇ ਲਾਈ, ਝੜ ਬਣਿਆ ਹੋਇਆ ਸੀ, ਗਰਮੀ ਬਹੁਤ ਜ਼ਿਆਦਾ। ਜੇ ਅੱਲਾਹ ਤਾਲਾ ਨੇ ਗੰਜਾਇਸ਼ ਕੀਤੀ ਫਿਰ ਸਭ ਕੁਛ ਹੀ ਬਣ ਜੂਗਾ, ਤੇ ਪੈਸੇ ਦੇ ਸਿਰ ਤੇ ਹੀ ਇਨਸ਼ਾ ਅੱਲਾਹ ਜ਼ਰੂਰ ਅੱਲਾਹ ਤਾਲਾ ਗੰਜਾਇਸ਼ ਦੇਵੇਗਾ, ਅਤੇ ਸਾਡੀ ਯੂਟਿਊਬ ਫੈਮਿਲੀ ਜਿਹੜੀ ਹੈ ਨਾ ਸਾਡੀ ਪੂਰੀ ਸਪੋਰਟ ਕਰੇਗੀ, ਅਤੇ ਇਨਸ਼ਾ ਅੱਲਾਹ ਅਸੀਂ ਆਪਣਾ ਘਰ ਜਿਹੜਾ ਹੈ ਨਾ ਬਣਾ ਲਵਾਂਗੇ। ਠੀਕ ਹੈ, ਨਾ ਕਰੋ ਬੇਟਾ ਪਾਣੀ ਜ਼ਾਇਆ ਨਾ ਕਰੋ ਬੇਟਾ ਇਸ ਤਰ੍ਹਾਂ। ਮੇਰੇ ਦੇਖਿਆ ਵਾਲੇ ਵਿਊਵਰਸ, ਮੇਰੀਆਂ ਭੈਣਾਂ, ਮੇਰੇ ਭਾਈ, ਸਾਡੀ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਿਆ ਕਰੋ ਤਾਂ ਕਿ ਅਸੀਂ ਆਪਣਾ ਘਰ ਬਣਾ ਸਕੀਏ। ਬਾਬਾ ਜੀ ਮੇਰੀ ਬਾਬਾ ਜੀ ਇੱਕ ਮੁਝੇ ਦੇ ਦੇ।
ਨਹੀਂ ਨਹੀਂ ਚਾਚੋ ਇਹ ਦਿਓ ਤੁਹਾਨੂੰ ਪਤਾ ਬਹੁਤ ਹੀ ਦੋਗੀ ਕਦੇ ਤੋੜਨੀ ਹੈ ਦੋਨੋਂ ਦੇਖਣੀਆਂ ਮੈਂ ਤੇ ਬੀਬੀ ਲੱਗਣ ਦੀ ਆ ਕਾਲੀਆਂ ਐਨਕਾਂ ਪਾ ਕੇ ਹੁਣ ਲੱਗਦੇ ਪਏ ਇੱਕ ਬਾਬਾ ਤੇ ਇੱਕ ਬੀਬੀ ਹੈ ਬੀਬੀ ਤੇ ਬਾਬਾ ਹੀ ਲੱਗਣ ਦੇ ਬਾਬਾ ਜੀ ਮੈਂ ਲੂ ਥੋੜੀ ਜਿਹੀ ਮੈਨੂੰ ਖੁੱਲੀ ਲੱਗ ਰਹੀ ਹੈ ਗਰਮੀ ਥੋੜੀ ਆ ਦਿਲ ਕਿਧਰੋਂ ਕਰਨਾ ਅੱਜ ਕੱਲ ਪੱਖਿਆਂ ਦੀ ਹਵਾ ਵੀ ਨੀ ਲੱਗਦੀ ਬਿਲਕੁਲ ਨਹੀਂ ਲੱਗਦੀ ਮੌਸਮ ਹੀ ਇਸ ਤਰ੍ਹਾਂ ਦਾ ਜਿਹੜਾ ਸਿਆਣੇ ਕਹਿੰਦੇ ਆ ਬਾਤ 11 ਭਰਾਵਾਂ ਦੀ ਇੱਕ ਭੈਣ ਬਾਹਰ ਵਿੱਚ ਹੀ ਲਾੜੀ ਜਾਈ ਇਹ ਦੱਸ ਦਿੱਤ ਹੈ ਨਾ ਵੀ ਮੈਂ ਇੱਕ ਭੈਣ ਆ ਮੈਂ ਲਾੜੀ ਹਾਂ ਬਹੁਤ ਕਰ ਹਾਂ ਮੇਰਾ ਤਾਂ ਨਾ ਧੱਕਾ ਲੱਗਾ ਧੁੱਪ ਦਾ ਤੇ ਨਾ 11 ਭਰਾਵਾਂ ਦੇ ਇੱਕ ਭੈਣ ਲਾੜੀ ਸੇਰੀ ਫੜ ਹੋ ਜਾਂਦਾ ਹੈ ਕਿ ਨਹੀਂ ਇਸ ਤਰ੍ਹਾਂ ਹੀ ਇਹਦਾ ਦਵਾਈ ਡੋਲਦਾ ਨਹੀਂ ਆ ਪਕੜੀ ਉਹਦੇ ਕੋਲੋਂ ਮੋਇਜ਼ੀ ਦਵਾਈ ਤੇ ਮੋਇਜ਼ੀ ਦਵਾਈ ਉਹਦੀ ਲੈ ਫਾਰਾ ਕਰੋ ਮੈਂ ਕਰਦਾ ਅੱਗੇ ਨਾਲ ਮੂਲੀ ਜਾਂ ਫਰਕ ਹੈ ਨਹੀਂ ਮੋਇਜ਼ੀ ਦਾ ਅੱਛਾ ਵੀਡੀਓ ਦਾ ਐਂਡ ਕਰਦੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਰੱਬ ਸੁਣਦੇ ਵਾਲੇ ਰੱਬ ਰੱਖ ਅੱਲਾ ਹਾਫਿਜ਼